ਆਇਆ ਜੀ ਬਰੈਂਪਟਨ 'ਚ ਰਾਤੀ ਤੂਫਾਨ ਆਇਆ ਸੀ ਜਿਹੜਾ ਸਨੋਅ ਦਾ ਉਹਦਾ ਦ੍ਰਿਸ਼ ਉਸ ਤੋਂ ਬਾਅਦ ਅੱਗੇ ਵੀਡੀਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆ 4 ਤਰੀਕ ਅਤੇ ਦਿਨ ਆ ਸ਼ਨੀਵਾਰ ਦਾ ਅਤੇ ਅੱਜ ਸਾਡੇ ਬਾਹਰ ਆਇਆ ਏ ਬਰਫ਼ ਦਾ ਤੂਫਾਨ, ਬਰਫੀਲਾ ਤੂਫਾਨ। ਤਾਂ ਮੈਂ ਉਹਨੂੰ ਵੇਖਣ ਜਾ ਰਹੀ ਹਾਂ ਕਿਵੇਂ ਆ। ਚਲੋ ਦੇਖਦੇ ਆ, ਮੈਂ ਵੀ ਤੁਹਾਡੇ ਨਾਲ ਹੀ ਦੇਖਣਾ ਆ ਕਿ ਕਿਵੇਂ ਦਾ ਆ। ਜਿੱਦਾਂ ਵੀ ਆ ਬਹੁਤ ਭਾਰੀ ਜਿਹੜੀ ਆ ਬਰਫ਼ਬਾਰੀ ਰਾਤ ਹੋਈ ਆ ਅਤੇ ਵੇਖਦੇ ਹਾਂ ਕੀ ਵਿਊ ਆ ਬਾਹਰ ਦਾ ਅਤੇ ਜਾਇਜ਼ਾ ਲੈਂਦੇ ਹਾਂ ਕਿਵੇਂ ਦਾ ਮੌਸਮ ਆ। ਚਲੋ ਚੱਲੀਏ ਫਿਰ। ਆਏ ਜੀ ਦਰਵਾਜ਼ਾ ਖੋਲ੍ਹਣ ਲੱਗੇ ਹਾਂ ਅਤੇ ਦੇਖਦੇ ਹਾਂ ਕਿੱਦੀ ਕੁ ਸਨੋਅ ਪਈ ਆ। ਓ ਮਾਈ ਗੋਡ, ਦਰਵਾਜ਼ਾ ਖੁੱਲ੍ਹ ਹੀ ਨਹੀਂ ਰਿਹਾ ਗੁਰੂਆ। ਦੇਖੋ ਸਨੋਅ ਦੇ ਹਾਲ, ਓ ਸਨੋਅ ਦੇ ਵੱਡੇ ਵੱਡੇ ਢੇਰ ਆ ਜਿਹੜੇ ਉਹ ਲੱਗ ਚੁੱਕੇ ਆ। ਇਹਦੇ ਵਿੱਚੋਂ ਲੰਘ ਕੇ ਜਾਣਾ ਪਊਗਾ। ਗਿੱਟਿਆਂ ਤੋਂ ਉੱਪਰ ਤੱਕ ਦੀ ਸਨੋਅ ਆ ਜਿਹੜੀ ਪੈ ਰੱਖੀ ਆ ਅਤੇ ਆਹ ਸਾਡੇ ਅੰਕਲ ਦੀ ਗੱਡੀ ਸਾਰੀ ਦੀ ਸਾਰੀ ਸਨੋਅ 'ਚ ਭਰੀ ਹੋਈ। ਓ ਮਾਈ ਗੋਡ, ਸਨੋਅ ਦੇ ਢੇਰ ਦੇਖੋ, ਜਿੱਦਾਂ ਤੂੜੀ ਦੇ ਢੇਰ ਹੁੰਦੇ ਨੇ। ਸੜਕਾਂ ਲੱਭ ਨਹੀਂ ਰਹੀਆਂ ਅਤੇ ਆਹ ਸਾਫ਼ ਕਰਨ ਵਾਲੇ ਆ ਚੁੱਕੇ ਆ ਸਕੂਲੇ ਗੱਡੀਆਂ ਨੂੰ। ਇਹਨਾਂ ਨਾਲ ਪੈਰ ਆ ਜਿਹੜਾ ਇੱਧਰ ਨੂੰ, ਇਹ ਤੋਂ ਵੀ ਥੱਲੇ ਫਸ ਰਿਹਾ ਆ। ਗਿੱਟਿਆਂ ਤੋਂ ਉੱਪਰ ਉੱਪਰ ਤੱਕ ਦੀ ਸਨੋਅ, ਓ ਹੋ ਹੋ, ਐਂ ਲੱਗ ਰਿਹਾ ਵੀ ਤੂੜੀ 'ਚੋਂ ਤੁਰ ਕੇ ਆ ਰਹੀ ਹਾਂ। ਦੇਖੋ ਸਨੋਅ ਦੇ ਹਾਲ, ਬਹੁਤ ਭਾਰੀ ਸਨੋਅ ਜਿਹੜੀ ਆ ਪੈ ਚੁੱਕੀ ਆ, ਢੇਰ ਲੱਗੇ ਆ ਸਨੋਅ ਦੇ। ਆਹ ਸਾਫ਼ ਕਰਤੀ ਉਹਨਾਂ ਨੇ ਸਿਟੀ ਵਾਲਿਆਂ ਨੇ ਅਤੇ ਆਹ ਦੇਖੋ ਪਿੱਕੇ ਪੁੱਕੇ ਸਭ ਸਨੋਅ 'ਚ ਖੁੱਬੇ ਪਏ। ਸੜਕਾਂ ਲੱਭ ਹੀ ਨਹੀਂ ਰਹੀਆਂ ਘਰਾਂ ਦੇ ਅੱਗੇ, ਥੱਬਾ ਥੱਬਾ ਸਨੋਅ ਜਿਵੇਂ ਕਿ ਤੂੜੀ ਹੁੰਦੀ ਆ। ਅਤੇ ਇੰਨਾ ਇੰਨਾ ਪੈਰ ਆ ਜਿਹੜਾ ਸਨੋਅ 'ਚ ਖੁੱਬ ਰਿਹਾ ਆ। ਉੱਧਰੋਂ ਤੁਰ ਕੇ ਆਈ ਮੈਂ, ਇੰਨੀ ਸਨੋਅ, ਵਾਹਿਗੁਰੂ। ਸਭ ਤੋਂ ਡਰਾਵਣਾ ਦ੍ਰਿਸ਼ ਬਣਿਆ ਹੋਇਆ ਜੀ ਮੇਰੀ ਗੱਡੀ ਕੋਲੇ, ਸਨੋਅ ਇਕੱਠੀ ਕਰਨ ਵਾਲਾ ਭਾਈ ਐਡਾ ਕਲੈਣਾ ਨਿਕਲਿਆ ਨਾ, ਸਾਰੀ ਦੀ ਸਾਰੀ ਸਨੋਅ ਇਕੱਠੀ ਕਰਕੇ ਅਤੇ ਇਹਦੇ ਪਿੱਛੇ ਲਾ ਗਿਆ। ਗੱਡੀ 'ਤੇ ਮੇਰੀ ਪਹਿਲਾਂ ਹੀ ਭਾਲੂ ਬਣ ਰੱਖੀ ਆ, ਲੱਭਦੀ ਨਹੀਂ ਅੱਗੇ ਵੀ ਸਨੋਅ ਦਾ ਢੇਰ ਪਿੱਛੇ ਵੀ। ਹੁਣ ਇਹ ਜਦੋਂ ਮੈਂ ਕੱਢਣੀ ਆ ਤਾਂ ਮੈਨੂੰ ਹੀ ਪਤਾ ਵੀ ਇਹ ਕਿਵੇਂ ਨਿਕਲੂਗੀ। ਲੈ ਸਭ ਤੋਂ ਕਲੈਣਾ ਕੰਮ ਕਰਕੇ ਗਿਆ ਬੰਦਾ, ਇੰਨਾ ਸ਼ੁਕਰ ਆ ਮੇਰਾ ਕੰਮ ਨਹੀਂ ਹੈਗਾ। ਵੈਸੇ ਵੀ ਗੱਡੀ ਹੁਣ ਨਿਕਲਣੀ ਇੰਨੀ ਸਨੋਅ ਦੇ ਵਿੱਚ ਭਾਲੂ ਬਣ ਰੱਖੀ ਆ, ਪਹਿਲਾਂ ਮੈਨੂੰ ਸਭ ਤੋਂ ਪਹਿਲਾਂ ਇਹ ਤੋਂ ਸਨੋਅ ਹਟਾਉਣੀ ਪਊਗੀ ਫਿਰ ਇਹ ਨਿਕਲੂਗੀ। ਵਾਹ ਓਏ ਤੇਰੇ ਚਿਬੜਾ ਜਿਹਾ, ਉਹਦੇ ਕੰਮ ਆ ਇਹ ਸਾਰੀ ਜਾਣ ਕੇ ਸਨੋਅ ਇਕੱਠੀ ਕਰਕੇ ਮੇਰੀ ਗੱਡੀ ਦੇ ਆਲਛੇ ਲਾ ਕੇ ਗਿਆ ਵੀ ਮੈਂ ਇੱਥੇ ਕਿਉਂ ਲਾਈ ਆ। ਚੱਲ ਕੋਈ ਨਾ, ਭਲਾ ਹੀ ਆ ਇਹਦਾ ਵੀ। ਗੈਰਤ ਪ੍ਰੀਤ ਕਰੇ ਤੈਨੂੰ ਮੈਂ ਕਿਵੇਂ ਕੱਢੂੰਗੀ। ਦੇਖੀ ਗੰਦੇ ਭਾਈ ਨੇ ਸਾਰੀ ਦੀ ਸਾਰੀ ਸਨੋਅ ਇਕੱਠੀ ਕਰਕੇ ਇਹਦੇ ਆਲਛੇ ਲਾ ਤੀ, ਦੇਖ ਲੈ ਇਹਦੇ ਕੰਮ। ਉਹ ਤੇ ਅੱਗੇ ਭਾਲੂ ਬਣੀ ਪਈ, ਅੱਧੀ ਗੱਡੀ ਤੇ ਖਤਮ ਹੋਈ ਪਈ, ਲੱਭਦੀ ਹੋਈ ਨਹੀਂ ਹੈਗੀ ਵੀ ਆ ਕਿ ਨਹੀਂ। ਅੱਗੇ ਵੀ ਐਡਾ ਢੇਰ, ਪਿੱਛੇ ਵੀ ਐਡਾ ਢੇਰ, ਕਿੱਦਾਂ ਕੱਢੂ ਕਾਕੂ ਤੈਨੂੰ ਮੈਂ ਕਿੱਦਾਂ ਕੱਢੂਗੀ। ਗੈਰਤ ਪ੍ਰਤਾਪ ਸਿੰਘ, ਅੱਜ ਗੈਰਤ ਪ੍ਰਤਾਪ ਸਿੰਘ ਬਣਿਆ, ਨੋ ਮੋਰ ਗੈਰਤ ਪ੍ਰੀਤ ਕੌਰ। ਇਹਨੂੰ ਸ਼ੇਰ ਬਣਨਾ ਪੈਣਾ ਅੱਜ ਨਿਕਲਣ ਲਈ ਇੱਥੋਂ, ਤੇ ਤੁਹਾਨੂੰ ਗੱਡੀ ਕੱਢ ਕੇ ਦਿਖਾਵਾਂਗੇ ਵੀ ਬਾਅਦ 'ਚ ਕੱਢੀ ਕਿਵੇਂ ਸੀ। ਫਿਲਹਾਲ ਦੀ ਘਰੜੀ ਆਹ ਦੇਖ ਲਓ, ਮੰਜਰ ਸਨੋਅ ਨੇ ਦੱਬਿਆ ਪਿਆ ਮੇਰਾ ਪੁੱਤ। ਇਹਨਾਂ ਨੂੰ ਪਾਪ ਲੱਗਣਾ ਜਿਨ੍ਹਾਂ ਨੇ ਇੰਨੇ ਸਨੋਅ ਦੇ ਵੱਡੇ ਢੇਰ ਮੇਰੇ ਕਾਕੂ ਕੋਲ ਲਾਏ। ਮੰਨਿਆ 4x4 ਆ ਬਈ, ਇਹਨੂੰ ਧੱਕਾ ਦੇਣਾ ਕਰੋ ਗਰੀਬ ਨਾਲ। ਬਰਫ਼ਾਂ ਦੇ ਤੂਫਾਨ ਤਾਂ ਜਿਹੜੇ ਆਏ ਆਏ, ਬਾਅਦ ਜਿਹੜੇ ਬਰਫ਼ਾਂ ਦੇ ਢੇਰ ਲੱਗੇ ਉਹ ਤਾਂ ਮੈਂ ਹੀ ਜਾਣਦੀ ਹਾਂ। ਹਰ ਵਾਰ ਧੱਕਾ ਹੁੰਦਾ ਇਹਦੇ ਨਾਲ ਵਿਚਾਰੇ ਨਾਲ, ਪੁੱਤ ਮੇਰੇ ਨਾਲ। ਸੋਕੇ ਭਾਲੂ ਬਣਿਆ ਪਿਆ। ਚਲੋ ਹੋਰ ਤੁਹਾਨੂੰ ਦਿਖਾਉਂਦੇ ਹਾਂ ਵਿਊ, ਬਰਫ਼ ਦੇ ਜਿਹੜੇ ਢੇਰ ਆ ਚਾਰੇ ਪਾਸੇ ਲੱਗੇ ਹੋਏ ਆ ਸਾਫ਼ ਕਰਕੇ। ਭਾਈ ਢੇਰ ਲਾ ਕੇ ਚੱਲ ਗਿਆ ਆ ਅਤੇ ਮੇਰੇ ਪੁੱਤ ਨੂੰ ਵੀ ਚਲਕਾ ਗਿਆ ਆ। ਅਤੇ ਇਹ ਆ ਵਿਊ, ਸਕੂਲ ਬੱਸ ਵੀ, ਸਕੂਲ ਬੱਸ ਨੂੰ ਨਹੀਂ ਇੰਨਾ ਭਰਿਆ ਇਹਨੇ, ਪਤਾ ਇਹ ਕੱਢਣੀ ਹੈ। ਸੋ ਆਹ ਜੀ ਗੈਰਤ ਪ੍ਰਤਾਪ ਸਿੰਘ ਬਾਜਵਾ ਅੱਗੋਂ, ਐਡਾ ਢੇਰ ਉਹਦੇ ਅੱਗੇ ਸਨੋਅ ਤਾਂ ਲੱਗਾ, ਕਿੱਦਾਂ ਸਾਰਾ ਪਿੱਛੇ ਲੱਗਿਆ, ਕਿਸੇ ਵੀ ਪਾਸਿਓਂ ਨਿਕਲਦੇ ਕੋਈ ਆਸਾਰ ਨਹੀਂ। ਸਭ ਤੋਂ ਪਹਿਲਾਂ ਆਪਣੀ ਸਨੋਅ ਚੱਕਣੀ ਪੈਣੀ ਹੈ ਇੰਨੀ ਸਾਰੀ ਬਿਨਾਂ ਗੱਲਾਂ ਹੀ ਇਹਨੂੰ ਕੱਢਣ ਦੇ ਵਾਸਤੇ। ਅਤੇ ਆਏ ਜੀ ਸਨੋਅ ਦੇ ਵੱਡੇ ਵੱਡੇ ਢੇਰ, ਖਿਲਰੀ ਹੋਈ ਸਨੋਅ, ਗੱਡੀਆਂ ਦੱਬੀਆਂ ਹੋਈਆਂ ਸਨੋਅ ਦੇ ਵਿੱਚ।
ਸਹੀ ਹੈ। ਲੈ ਜਾ ਉੱਥੇ ਜਿੱਥੇ ਪੈਂਦੀ ਆ ਸਨੋਹ ਵੇ, ਆ ਜਾਓ ਜਿੰਨੇ ਆਉਣਾ, ਕੋਈ ਅੱਜ ਦੀ ਦਿਹਾੜੀ ਤੇ ਅੱਜ ਤੇ ਕੋਈ ਜਣਾ ਆ ਹੀ ਜਾਓ, ਦਿਹਾੜੀ ਲਵਾ ਜਾਓ ਮੇਰੇ ਨਾਲ, ਸਨੋਹ ਹਟਾ ਕੇ ਤੇ ਮੇਰਾ ਪੁੱਤ ਕਢਾ ਜਾਓ। ਇੰਨਾ ਬੁਰਾ ਹਾਲ ਹੋਇਆ ਪਿਆ ਸਨੋਹ ਦਾ, ਰੁੱਖ ਆ ਜਿਹੜੇ ਦੇਖੋ ਚਿੱਟੇ ਚਿੱਟੇ, ਗੁਰੂਆ ਵੇਖਣ ਚ ਸੋਹਣੀ ਲੱਗਦੀ ਦੂਰੋਂ ਹੀ, ਬਹੁਤ ਔਖਾ ਕਰਦੀ ਆ। ਵਾਹਿਗੁਰੂ ਧੰਨ ਗੁਰੂ ਰਾਮਦਾਸ ਸੱਚੀ ਪਾਤਸ਼ਾਹ। ਸਨੋਹ ਸੜਕ ਲੱਭ ਹੀ ਨਹੀਂ ਰਹੀ, ਮੈਂ ਹੀ ਤਰੀ ਜਾਂਦੀ ਹਾਂ, ਹਾਲੇ ਸੜਕ ਸਾਫ਼। ਆਹ ਦੇਖੋ ਸਾਡੇ ਗੁਆਂਢੀਆਂ ਦੀਆਂ ਗੱਡੀਆਂ ਦੱਬੀਆਂ ਹੋਈਆਂ ਸਨੋਹ 'ਚ, ਕਿੰਨੇ ਕਿੰਨੇ ਟਾਇਰ ਥੱਲੇ ਦੱਬੇ ਪਏ, ਦੇਖੋ ਗੱਡੀਆਂ ਦੇ ਹਾਲ। ਮੇਰੇ ਵਾਲੀ ਨਾਲ ਤੇ ਬੜਾ ਧੱਕਾ ਹੋਇਆ, ਮੇਰੀ ਜਿਹੜੀ ਦੱਬੀ ਸੀ ਭਾਲੂ ਬਣਿਆ ਸੀ ਮੇਰਾ ਪੁੱਤ, ਉੱਤੋਂ ਹੋਰ ਇਕੱਠੀ ਕਰਕੇ ਸਾਰੀ ਪਾ ਗਏ ਉਹਦੇ ਸਿਰ 'ਚ, ਵੀ ਲੈ ਫੜ ਨਿਕਲੀ ਨਾ। ਚੱਲ ਕੋਈ ਨਹੀਂ, ਰੱਬ ਭਲਾ ਕਰੇ ਸਾਰਿਆਂ ਦਾ, ਕੰਮ ਤੇ ਉਦਾਂ ਬੰਦੇ ਨੇ ਗਲਤੀ ਕੀਤਾ ਉਹਨੇ। ਆਹ ਦੇਖੋ ਸਨੋਹ, ਬਰਫਾਂ ਦਾ ਸ਼ਹਿਰ ਤੇਰਾ, ਬਰਫਾਂ ਦਾ ਸ਼ਹਿਰ। ਸਨੋਹ ਹਟਾ ਰਿਹਾ ਥੱਬਾ ਥੱਬਾ ਆਪਣੀ ਗੱਡੀ ਦਾ, ਦੇਖੋ ਸਭ ਕੁਛ ਸਨੋਹ ਚ ਦੱਬਿਆ ਪਿਆ। ਮੈਂ ਸੜਕ ਦੇ ਵਿੱਚ ਤੁਰਦੀ ਹੋਈ ਗੱਡੀ ਦੱਬੀ ਪਈ, ਸਾਰੀਆਂ ਹੀ ਗੱਡੀਆਂ ਸਨੋਹ ਵਿੱਚ ਦੱਬੀਆਂ। ਅੱਜ ਬੱਸਾਂ ਵਾਲੇ ਵਧੀਆ, ਉਹਨਾਂ ਨੂੰ ਗੱਡੀਆਂ ਨਹੀਂ ਸਾਫ਼ ਕਰਨੀਆਂ ਪੈਣੀਆਂ, ਚੁੱਪ ਕਰਕੇ ਬੱਸ 'ਤੇ ਚੜ੍ਹ ਕੇ ਚੱਲ ਜਾਣਗੇ। ਇੱਕ ਇਹ ਵਧੀਆ ਆ, ਵੀਕਐਂਡ ਆ, ਸ਼ਨੀਵਾਰ ਤਾਂ ਦੇਣਾ ਅਤੇ ਸ਼ਨੀ ਐਤਵਾਰ ਆ, ਦੇਖੋ ਜੋ ਵਿਊ ਵੇਖਣ 'ਚ ਤਾਂ ਸਾਨੂੰ ਬੜਾ ਘੈਂਟ ਲੱਗਦਾ ਹੋਣਾ। ਬਸ ਗੱਡੀਆਂ ਵਿਚਾਰੀਆਂ ਇੰਨੇ ਨਹੀਂ ਸਿਰ ਦੇ ਵਿੱਚ ਥੱਬਾ ਥੱਬਾ ਸਨੋਹ ਪਾ ਪਾ ਕੇ ਗੋਲ ਹੋਈਆਂ ਪਈਆਂ, ਸ਼ੇਪ ਹੀ ਵਿਗੜੀ ਪਈ ਵਿਚਾਰੀਆਂ ਦੀ। ਆਹ ਦੇਖੋ ਜੀ ਹੋਰ ਗੱਡੀਆਂ ਲੁਕੀਆਂ ਹੀ ਪਈਆਂ ਸਨੋਹ 'ਚ, ਥੱਬਾ ਥੱਬਾ ਸਨੋਹ ਦੇ ਢੇਰ, ਪੈਰ ਜਿਹੜਾ ਗਿੱਟੇ ਤੋਂ ਉੱਪਰ ਸਨੋਹ 'ਚ ਫਸ ਰਿਹਾ। ਸਨੋਹ ਹਾਲੇ ਵੀ ਥੋੜ੍ਹੀ ਥੋੜ੍ਹੀ ਪਈ ਜਾ ਰਹੀ ਆ, 7 ਵਜੇ ਕਹਿੰਦੇ ਸੀ ਘੱਟ ਜਾਣੀ ਆ, 7 ਵੱਜ ਚੁੱਕੇ ਆ, ਸਭ ਫਸੀਆਂ ਪਈਆਂ ਗੱਡੀਆਂ ਵਿੱਚ ਸਨੋਹ ਦੇ। ਸਭ ਤੋਂ ਪਹਿਲਾਂ ਸਨੋਹ ਹਟਾਓ, ਫਿਰ ਇਹਨਾਂ ਨੂੰ ਕਿਤੇ ਲੈ ਕੇ ਜਾਓ, ਇਹਨਾਂ ਤੋਂ ਵੀ ਸਨੋਹ ਹਟਾਓ ਲਾਡਲੀਆਂ ਤੋਂ, ਅਤੇ ਉਹ ਲੋਕ ਵਿਚਾਰੇ ਸਨੋਹ ਹਟਾਉਂਦੇ ਹੋਏ ਗੱਡੀਆਂ ਤੋਂ, ਗੱਡੀਆਂ ਫਸੀਆਂ ਪਈਆਂ ਸੜਕਾਂ ਦੇ ਵਿਚਕਾਰ, ਬੁਰੇ ਹਾਲ ਹੋ ਰਹੇ ਨੇ। ਦੇਖੋ ਹਾਏ ਸਨੋਹ, ਹਾਏ ਕਨੇਡਾ, ਮੈਨੂੰ ਤਾਂ ਗੱਡੀਆਂ ਵਾਲਿਆਂ ਨਾਲ ਸਗੋਂ ਜ਼ਿਆਦਾ ਔਖਾ ਸਨੋਹ 'ਚ, ਬੱਸਾਂ ਵਾਲਿਆਂ ਨਾਲੋਂ, ਬੱਸਾਂ 'ਤੇ ਚੱਲ ਜਾਂਦੀਆਂ ਉਹ ਕਹਿੰਦਾ ਜੀ ਅੱਧੀ। ਆਹ ਗੱਡੀ ਆ ਜਿਹੜੀ ਸਨੋਹ 'ਚ ਹੀ ਫਸੀ ਪਈ ਆ, ਆਪਦੇ ਡਰਾਈਵੇ 'ਤੇ ਚੜ੍ਹੀ ਨਹੀਂ, ਸੜਕ 'ਤੇ ਖੜਾ ਕੇ ਚੱਲ ਗਏ, ਇੰਨੇ ਬੁਰੇ ਹਾਲ। ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ, ਓ ਮਾਈ ਗੋਡ। ਦੇਖ ਲਓ ਮੇਰੇ ਵਰਗੀ ਗੁੜੀ ਉੱਧਰ ਵੀ ਤੁਰੀ ਆਉਂਦੀ ਇੱਕ, ਮੌਸਮ ਦਾ ਜਾਇਜ਼ਾ ਲੈਣ ਆਈ ਹੋਈ। ਭਾਈ ਆਪਦੇ ਘਰਾਂ 'ਚ ਹੀ ਰਹੋ ਕਨੇਡਾ ਵਾਲਿਓ, ਅੱਜ ਤੇ ਘਰ 'ਤੇ ਭਾਲੂ ਬਣੇ ਬੈਠੇ ਨੇ ਬਰਫੀਲੇ, ਪੌੜੀਆਂ ਦਾ ਹਾਲ ਕੀ ਹੋਇਆ ਪਿਆ ਚਾਰੇ ਪਾਸੇ, ਰੁੱਖ ਦੇਖ ਲਓ ਗੱਡੀਆਂ ਦੱਬੀਆਂ ਪਈਆਂ ਸਨੋਹ 'ਚ, ਹੱਥ ਠਰ ਰਹੇ ਆ ਲੋਕ ਵਿਚਾਰੇ, ਸਨੋਹ ਲਾ ਰਹੇ ਨੇ ਜਿਵੇਂ ਵੀ ਲੱਥ ਰਹੀਆਂ ਨੇ। ਬਹੁਤ ਸਨੋਹ ਹੈ ਵੀ, ਬਹੁਤ ਸਨੋਹ ਹੈ, ਗੱਡੀਆਂ ਲੱਭ ਹੀ ਨਹੀਂ ਰਹੀਆਂ, ਗੱਡੀਆਂ ਥਾਂ 'ਤੇ ਗੋਲੇ ਢਿੱਗੇ ਬਣੇ ਪਏ ਨੇ। ਇੱਕ ਉਹ ਗੱਡੀ ਚੱਲੀ ਜਾਂਦੀ ਸਨੋਹ 'ਚ, ਰਵਾ ਮੈਂ ਸਾਈਡ 'ਤੇ ਹੋ ਜਾਵਾਂ। ਬਾਈ ਰਸਤੇ ਵੀ ਕਲੀਅਰ ਕਰ ਗਏ ਉਹ ਮਾੜੇ ਮੋਟੇ ਜਿਹੇ ਮੇਨ ਰੋਡ ਵਾਲੇ, ਪਰ ਬਹੁਤ ਬੁਰਾ ਹਾਲ ਆ, ਗੱਡੀਆਂ ਡਰਾਈਵੇ 'ਤੇ ਗੋਲ ਗੋਲ ਘੁੰਮੀ ਜਾਂਦੀਆਂ, ਨਿੱਕੀਆਂ ਨੇ ਜਿਹੜੀਆਂ ਉਹ ਚੱਲ ਹੀ ਨਹੀਂ ਰਹੀਆਂ। ਦੇਖ ਲਓ ਵਿਊ, ਦੇਖ ਲਓ ਕਨੇਡਾ, ਤੁਰਨ ਵਾਲੇ ਰਸਤੇ ਸਾਫ਼ ਕਰਕੇ ਆ ਉਹ, ਅਤੇ ਗੱਡੀਆਂ ਚੱਲਣ ਵਾਲੇ, ਪਰ ਜਿਹੜੇ ਘਰਾਂ 'ਚੋਂ ਗੱਡੀ ਕੱਢਣੀ ਆ ਉਹ ਬਹੁਤ ਔਖੀ ਆ। ਤੁਹਾਨੂੰ ਇੱਕ ਦਿਖਾਉਂਦੇ ਹਾਂ ਚੀਜ਼, ਸਕੂਲ ਅੱਜ ਛੁੱਟੀ ਆ ਸ਼ਨੀਵਾਰ ਦੀ, ਬਹੁਤ ਬੁਰੇ ਹਾਲ ਆ।
सड़क क्लीयर करके पर जो पिंड सड़क वाला काम है ना घर वाली सड़क वो क्लीयर ही नहीं करके गए स्टिल सुना भरिया क्योंकि आप ही हटा सड़क के विचार जिते खड़ गई गड्डी उथे ही छड़ के अंदर अगला अंदर जाके सो गया भी कि सवेरे निकल आया किसी ने जिथे जिथे किसी की गड्डी खलोती उथे खिलार के चल गए बेचारे ड्राइवर की गड्डिया नहीं चढ़निया सू ढेरों के कनेडा हम आप जाएंगे घर जाके कुछ खाइए पीए पिनिया खाने घरे जाके पिनिया पही दुध न ब्लॉग मैं दस्यो हूँ मैं जा रही हूँ घर घर जा कुछ खानी हाँ जिमें कि पंजाब ज्यादा हम गर्मी हो गई होगी है ना तो इनू देख के ठंड का एहसास कर सकते हो भी आप हाले भी सनो च दबे पे हाँ ठंड चा तो अज एक होर सेवा आ मेरी गड्डी कढ़ाने की वजह कि करवाणी है तो आ गया करवा दौ बाकी हूँ ठंड लग रही मेरा हाथ ठर रहा बुरी तरह ताडे लिए वीडियो बनाने लिए आई सी भी मैं दिखाव सारे भी आजारी करे तो मिलते हैं अगले ब्लॉग न तद तक लिए चैनल में कर दो सबसक्राइब तो देखते हैं कि बनता सो जिमें कि तुम देख सकते हो गैरत प्रताप सिंह बाजवा जोड़ा आधा मेरा जोड़ा पोता वो बुरी तरह बर्फ के तुनिया हो तुसया हो तो लेटर आने ही क्ढा फिर वो वीडियो बना के मैं थोड़ा दिखाऊंगी भी किमें क्ढिया से जब भी सी तो फिलहाल की घड़ी मेरा काकू इतने दब चुका है बर्फ च तो बाद च देखते हैं कि करते हैं अगे भी ढेर लगे एक बार यह ढेर ला गई सी उदो मैं अगों की क्ढ लिया अगे भी वाला ढेर आखते कि बनता है अज बाकी वेखो मौसम का हाल ढेर बर्फा सनोह दे